ਦਸਤਾਰ ਉਛਾਲਣ ਦੀ ਐਸਜੀਪੀਸੀ ਵੱਲੋਂ ਨਿੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਸਮੇਤ ਹੋਰਨਾਂ ਦੀ ਦਸਤਾਰ ਉਛਾਲਣ ਦੀ ਨਿੰਦਾ ਕੀਤੀ ਹੈ। ਇਸ ਸੰਬੰਧੀ ਐਸਜੀਪੀਸੀ ਦੇ ਅਧਿਕਾਰੀ ਦਲਜੀਤ ਸਿੰਘ ਬੇਦੀ ਨੇ ਕਿਹਾ ਕਿ ਦਸਤਾਰ ਸਿੱਖਾਂ ਦੀ ਪਹਿਚਾਣ ਦੇ ਨਾਲ ਨਾਲ ਸਿੱਖ ਕੌਮ ਦਾ ਮਾਣ ਵੀ ਹੈ ਅਤੇ ਸਿੱਖ ਜਗਤ ਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਆਪਸੀ ਝਗੜਿਆਂ ਵਿੱਚ ਦਸਤਾਰ ਦੀ ਬੇਅਦਬੀ ਨਾਲ ਸਮੁੱਚੇ ਸਿੱਖ ਜਗਤ ਨੂੰ ਨਮੁੱਛੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਤਾ ਲੱਗਾ ਆ ਕਿ ਮਤਲਬ ਪਿਛਲੇ ਦਿਨੀ ਜਿਹੜੀ ਮਾਈਨਿੰਗ ਆ ਉਹ ਬੜਾ ਵੱਡਾ ਜਿਹੜਾ ਆ ਉਹ ਲੜਾਈ ਦਾ ਝਗੜੇ ਦਾ ਰੂਪ ਧਾਰਦੀ ਜਾ ਰਹੀ ਹੈ ਔਰ ਸਰਕਾਰ ਵੀ ਜਿਹੜੀ ਉਸ ਮਾਮਲੇ 'ਚ ਸੁੱਤੀ ਪਈ ਲੱਗਦੀ ਹੈ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਝਗੜਾ ਹੁੰਦਾ ਉਹ ਤੋਂ ਬਾਅਦ 'ਚ ਜਿਹੜੀਆਂ ਗੱਲਾਂ ਉਤਪੰਨ ਹੁੰਦੀਆਂ ਨੇ ਉਹਨੂੰ ਪਹਿਲਾਂ ਕੰਟਰੋਲ ਕਿਉਂ ਨਹੀਂ ਕੀਤਾ ਜਾਂਦਾ। ਰੋਪੜ ਦੇ ਵਿੱਚ ਕਿਸੇ ਵਿਧਾਇਕ ਦੇ ਨਾਲ ਜਿਹੜਾ ਸਲੂਕ ਕੀਤਾ ਗਿਆ ਬਹੁਤ ਮਾੜਾ ਸਲੂਕ ਹੈ ਔਰ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਉੱਥੇ ਜਿਸ ਤਰੀਕੇ ਨਾਲ ਪੱਗਾਂ ਉਤਾਰੀਆਂ ਗਈਆਂ ਪੱਗਾਂ ਦੀ ਬੇਅਦਬੀ ਕੀਤੀ ਗਈ ਆ ਉਹ ਬਹੁਤ ਹੀ ਨਿੰਦਣਯੋਗ ਹੈ। ਪੱਗ ਦਸਤਾਰ ਤੁਹਾਡੀ ਚਾਹੇ ਮੇਰੀ ਹੋਵੇ ਉਹਨੂੰ ਉਦੋਂ ਕਿਸੇ ਤਰ੍ਹਾਂ ਦੀ ਕਿਸੇ ਦੀ ਬੇਅਦਬੀ ਕਰਨ ਦੀ ਜਾਂ ਉਹਨੂੰ ਮਤਲਬ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਅਸਤੀ ਚਾਹੁਣ ਦਾ ਕੋਈ ਅਧਿਕਾਰ ਨਹੀਂ ਹੈ। ਚਾਹੀਦਾ ਇਹ ਆ ਵੀ ਮਤਲਬ ਇਹਨਾਂ ਲੋਕਾਂ ਦੇ ਵਿਰੁੱਧ ਸਖਤੀ ਤਰੀਕੇ ਨਾਲ ਜਿਹੜੀ ਉਹ ਕਾਰਵਾਈ ਹੋਵੇ ਧਾਰਮਿਕ ਤੌਰ 'ਤੇ ਵੀ ਔਰ ਕਾਨੂੰਨੀ ਤੌਰ 'ਤੇ ਵੀ। ਇਹ ਬਹੁਤ ਭੱਦਾ ਦੇ ਔਰ ਨਿੰਦਣਯੋਗ ਜਿਹੜਾ ਇਹ ਮਤਲਬ ਮਜ਼ਾਕ ਕੀਤਾ ਗਿਆ ਵਾ ਔਰ ਉਹਨਾਂ ਦੀਆਂ ਪੱਗਾਂ ਉਤਾਰੀਆਂ ਗਈਆਂ ਨੇ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ। ਕੁੱਟਾ ਮਾਰਨਾ ਤੁਹਾਡਾ ਕੋਈ ਵੱਖਰਾ ਮਾਈਨਿੰਗ ਦਾ ਕੋਈ ਚੱਕਰ ਹੋ ਸਕਦਾ ਹੈ ਲੁੱਟ ਖੋਹ ਬਥੇਰੀ ਚੱਲਣ ਡਈ ਹੈ ਪਰ ਇਹ ਦਸਤਾਰ ਨੂੰ ਹੱਥ ਪਾਉਣਾ ਕਿਸੇ ਤਰੀਕੇ ਨਾਲ ਵੀ ਮਤਲਬ ਯੋਗ ਨਹੀਂ ਹੈ।